ਸਤਿ ਸ਼੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੇ ਧੰਜਲ ਤੁਹਾਡੇ ਨਾਲ ਇਸ ਵੇਲੇ ਬੇਹੱਦ ਅਹਿਮ ਖਬਰ ਲੈ ਕੇ ਹਾਜ਼ਰ ਹਾਂ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਦੇ ਗਿਲਗਿਤ ਬਲਤਿਸਤਾਨ ਦੇ ਲੋਕ ਸਰਕਾਰ ਤੇ ਫੌਜ ਦੇ ਖਿਲਾਫ ਪ੍ਰਦਰਸ਼ਨ ਕਰਕੇ ਮੰਗ ਕਰ ਰਹੇ ਨੇ ਕਿ ਕਾਰਗਰ ਰੋਡ ਖੋਲ ਕੇ ਗਿਲਗਿਤ ਬਲਤਿਸਤਾਨ ਨੂੰ ਭਾਰਤ ਦੇ ਲਦਾਖ ਸੂਬੇ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਉਹ ਪਿਛਲੇ ਲਗਾਤਾਰ 12 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਉਹਨਾਂ ਦੇ ਨਾਲ ਵਿਤਕਰਾ ਕਰ ਰਹੀ ਹੈ, ਪਰ ਹੁਣ ਗਿਲਗਿਤ ਬਲਤਿਸਤਾਨ ਬਾਰੇ ਫੈਸਲਾ ਉੱਥੋਂ ਦੇ ਸਥਾਨਕ ਲੋਕ ਕਰਨਗੇ। ਲੋਕ ਸਰਕਾਰ ਤੇ ਫੌਜ ਦੇ ਆਹਮੋ ਸਾਹਮਣੇ ਹੋ ਗਏ ਨੇ। ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕੀਤੀ ਕਿ ਆਰ ਪਾਰ ਜੋੜ ਦਿਓ, ਕਾਰਗਰ ਰੋਡ ਖੋਲ ਦਿਓ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਕਈ ਵੀਡੀਓ ਵੀ ਸਾਹਮਣੇ ਆਈਆਂ ਨੇ ਤੇ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੇ ਲਈ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਸੁਰਿੰਦਰ ਕੋਛੜ ਜੀ ਦੇ ਨਾਲ, ਜਿਹੜੇ ਕਿ ਇਸ ਖਬਰ ਸੰਬੰਧੀ ਸਾਨੂੰ ਪੂਰੀ ਜਾਣਕਾਰੀ ਦੇਣਗੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। सुरेंद्र जी, पाकिस्तान के कब्जे वाले कश्मीर के गिलगित बल्तिस्तान के लोग पाकिस्तान सरकार ते फौज के खिलाफ प्रदर्शन कर रहे ने। उन्हां दा कहना है कि आर पार जोड़ दिओ, कारगिल रोड खोल दिओ। ये की मंग कर रहे ने ते कारगिल रोड का की मामला है, इस बारे सानू पूरी जानकारी दिओ। दरअसल जिहड़ा मामला पिछले 12 दिनों तो लगातार इन्हां दा जिहड़ा गिलगित बल्तिस्तान के जिहड़े लोग ने 12 दिनों तो प्रदर्शन कर रहे ने जी। ਜਿਹੜੀ ਡਿਮਾਂਡ ਹੈ ਇਹਨਾਂ ਦੀ ਕਾਫੀ ਪੁਰਾਣੀ ਹੈ, ਕਿਉਂਕਿ ਸ਼ੁਰੂ ਤੋਂ ਲੈ ਕੇ ਪਾਕਿਸਤਾਨ ਨੇ ਇੱਕ ਤੇ ਅਣ ਅਧਿਕਾਰਿਤ ਤੌਰ ਦੇ ਉੱਤੇ ਇਹਨੂੰ ਕਬਜ਼ੇ ਦੇ ਵਿੱਚ ਲਿਆ ਇਲਾਕੇ ਨੂੰ, ਕਿਉਂਕਿ ਕਸ਼ਮੀਰ ਦਾ ਪਾਰਟ ਹੈ ਤੇ ਕਬਾਇਲੀ ਹਮਲਾ ਕਰਕੇ 47 ਚ ਚਲ ਗਿਆ ਸੀ ਉਹਨਾਂ ਕੋਲ ਜੀ। ਉਹ ਤੋਂ ਬਾਅਦ ਇਹਨਾਂ ਲੋਕਾਂ ਨੂੰ, ਕਿਉਂਕਿ ਇੱਕ ਆਜ਼ਾਦ ਦੇਸ਼ ਦੇ ਤੌਰ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਆਜ਼ਾਦ ਦੇਸ਼ ਦੇ ਨਾਗਰਿਕ ਹੈ, ਪਰ ਹੁਣ ਉਹਨਾਂ ਨੂੰ ਸਟੇਟ ਵਾਲੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਵੀ ਨਹੀਂ ਮਿਲਦੀਆਂ ਪਈਆਂ ਇਹ ਉਹਨਾਂ ਦੇ ਇਲਾਕਿਆਂ ਦੇ ਵਿੱਚ। ਉਹਨਾਂ ਇੱਕ ਤੇ ਇਹ ਦੋਸ਼ ਲਗਾਇਆ ਕਿ ਜਿਹੜਾ ਹੈਗੇ ਨੇ ਖੈਬਰ ਪਖਤੂਆਨ ਸੂਬਾ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਉੱਥੇ ਜਾ ਕੇ ਇੰਡਸਟਰੀ ਲਗਾਈ ਜਾ ਰਹੀ, ਉਹਨਾਂ ਨੂੰ ਆਬਾਦ ਕੀਤਾ ਜਾ ਰਿਹਾ। ਤੇ ਜਿਹੜੇ ਇਹਨਾਂ ਦੇ ਪੀਓਕੇ ਦੇ ਜਿਹੜੇ ਹੈਗੇ ਨੇ ਗਿਲਗਿਤ ਦੇ ਲੋਕ ਨੇ ਜਿਹੜੇ ਪੱਕੇ ਤੌਰ ਤੇ ਉੱਥੇ ਵਸਨੀਕ ਨੇ, ਉਹਨਾਂ ਦੇ ਘਰ ਬਾਹਰ ਉਹਨਾਂ ਦੀ ਦੁਕਾਨਾਂ ਉਹਨਾਂ ਦੀ ਫੈਕਟਰੀਆਂ ਢਾ ਕੇ ਉਹਨਾਂ ਦੀ ਜਗ੍ਹਾ ਉੱਤੇ ਇੰਡਸਟਰੀ ਲਗਾਈ ਜਾ ਰਹੀ ਹੈ। ਤੇ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਪਾਕਿਸਤਾਨੀ ਜਿਹੜੀ ਫੌਜ ਹੈ ਇਹ ਵੀ ਜਿਹੜਾ ਇਹਨਾਂ ਦਾ ਦੂਜੀ ਜਿਹੜੀ ਹੈਗੇ ਨੇ ਪਾਕਿਸਤਾਨ ਸਰਕਾਰ ਦਾ ਸਾਥ ਦੇ ਰਹੀ ਬਕਾਇਦਾ ਉੱਥੇ ਜੀ। ਹੁਣ ਜਿਹੜਾ ਹੈਗਾ ਉੱਥੇ, ਕਿਉਂਕਿ ਉਹਨਾਂ ਲੋਕਾਂ ਦੀ ਮੇਨ ਡਿਮਾਂਡ ਇਹ ਹੈ ਕਿ ਇਹ ਜਿਹੜੀ ਕਾਰਗਿਲ ਰੋਡ ਹੈ, ਕਾਰਗਿਲ ਜਾਂ ਡੋਰ ਹੈ ਮੇਨ, ਇਹਨੂੰ ਖੋਲ ਦਿਓ ਤੇ ਜਿਹੜਾ ਆਵਾਜਾਈ ਜਿਹੜੀ ਹੈਗੀ ਦੋਨਾਂ ਕੰਟਰੀਆਂ ਦੀ ਜਿਹੜੀ ਉਹ ਸਟਾਰਟ ਹੋ ਜਾਏ। ਤੇ ਉਹ ਇਹਨੂੰ ਜਿਹੜਾ ਹੈਗਾ ਲਦਾਖ, ਕਿਉਂਕਿ ਲਦਾਖ ਸੈਕਟਰ ਦੇ ਨਾਲ ਲੱਗਦਾ ਹੈ ਗਿਲਗਿਤ, ਮੇਨ ਡਿਮਾਂਡ ਉਹਨਾਂ ਦੀ ਇਸ ਵੇਲੇ ਇਹ ਚੱਲਦੀ ਪਈ ਕਿ ਜਿਹੜਾ ਗਿਲਗਿਤ ਹੈਗਾ ਇਹਨੂੰ ਇੰਡੀਆ ਦਾ ਇੱਕ ਪਾਰਟ ਬਣਾਇਆ ਜਾਵੇ, ਤੋ ਲੋਕ ਖੁਸ਼ਹਾਲੀ ਦਾ ਜਿਹੜਾ ਜੀਵਨ ਜੀ ਸਕਣਗਾ ਜੀ। ਤੇ ਸੁਰਿੰਦਰ ਜੀ, ਉੱਥੋਂ ਦੇ ਸਥਾਨਕ ਲੋਕਾਂ ਦੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜ਼ਮੀਨਾਂ ਉੱਤੇ ਉਹਨਾਂ ਦੀਆਂ ਕਬਜ਼ਾ ਹੋ ਰਿਹਾ ਹੈਗਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਮੀਨ ਇੱਕ ਇੰਚ ਨਹੀਂ ਦਵਾਂਗੇ, ਸਾਡੀ ਜੱਦੀ ਜ਼ਮੀਨ ਹੈ। ਤੇ ਇਹ ਵੀ ਗੱਲ ਸੱਚ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਉੱਤੇ ਵੀ ਕਬਜ਼ਾ ਹੋ ਰਿਹਾ ਹੈ? ਬਿਲਕੁਲ, ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਕਿਉਂਕਿ ਉਹ ਜਿਹੜਾ ਹੈਗਾ ਖੈਬਰ ਪਖਤੂਆਣਾ ਦੇ ਜਾਂ ਲਹਿੰਦੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਉੱਥੇ ਆਬਾਦ ਕੀਤਾ ਜਾ ਰਿਹਾ ਜੀ, ਤੇ ਕਿਉਂਕਿ ਜਿਹੜੀ ਪਾਕਿਸਤਾਨ ਸਰਕਾਰ ਦਾ ਹੈਗਾ ਕਿ ਕਿਸੇ ਤਰੀਕੇ ਨਾਲ ਜਿਹੜੇ ਪੀਓਕੇ ਦੇ ਲੋਕ ਨੇ ਜਿਹੜੇ ਉੱਥੋਂ ਦੇ, ਕਿਉਂਕਿ ਉਹ ਆਜ਼ਾਦ ਕਸ਼ਮੀਰ ਉਹਨੂੰ ਕਹਿੰਦੇ ਨੇ, ਖੈਰ ਉਸ ਇਲਾਕੇ ਦੇ ਵਿੱਚ ਇੱਕ ਕੁਛ ਭੇਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੱਥੋਂ ਦੇ ਦੂਜੇ ਇਲਾਕਿਆਂ ਦੇ ਲੋਕੀ ਇੱਥੇ ਵਸਾਏ ਜਾਣ, ਤੇ ਜਦੋਂ ਇੰਡਸਟਰੀ ਲੱਗੇਗੀ ਉਹਨਾਂ ਦੇ ਉੱਥੇ ਘਰ ਬਣਨਗੇ, ਤੇ ਉਹਨਾਂ ਦੇ ਪੱਕੀ ਗੱਲ ਹੈ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਕਬਜ਼ੇ ਕਰਕੇ ਬਣ ਰਿਹਾ। ਤੋ ਉਹ ਕਾਫੀ ਦੇਰ ਤੋਂ ਲਗਾਤਾਰ ਚੱਲਦਾ ਪਿਆ, ਕਈ ਵਾਰੀ ਇਹ ਪਹਿਲਾਂ ਵੀ ਪ੍ਰੋਟੈਸਟ ਕਰ ਚੁੱਕੇ ਨੇ ਤੇ ਗਿਲਗਿਤ ਵਾਲਿਆਂ ਨੇ ਹੁਣ ਨਹੀਂ ਕੀਤਾ, ਇਹ ਤੋਂ ਪਹਿਲਾਂ ਵੀ ਹੁਣ ਇੱਕ ਪਿੰਡ ਆ ਪੂਰਾ ਪਿੰਡ ਹੀ ਬਰਬਾਦ ਕਰਨ ਦੇ ਉੱਤੇ ਲੱਗੀ ਪਾਕਿਸਤਾਨੀ ਜਿਹੜੀ ਫੌਜ ਹੈ, ਉਹਨੂੰ ਲੈ ਕੇ ਇਸ ਕਰਕੇ ਉਹਨਾਂ ਦਾ ਪ੍ਰਦਰਸ਼ਨ ਕਰਨਾ ਜਿਹੜਾ ਜਾਇਜ਼ ਵੀ ਹੈ ਕਿਤੇ ਨਾ ਕਿਤੇ ਜੀ। ਸੁਰਿੰਦਰ ਜੀ, ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਉੱਥੋਂ ਦੇ ਮਹਿੰਗਾਈ ਬਹੁਤ ਹੈ ਇੱਥੇ, ਤੇ ਮਹਿੰਗਾਈ ਕਾਰਨ ਉੱਥੋਂ ਦੇ ਲੋਕ ਜਿਹੜੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਨੇ, ਉਹਨਾਂ ਨੂੰ ਮੌਲਿਕ ਅਧਿਕਾਰ ਵੀ ਦਿੱਤੇ ਨਹੀਂ ਗਏ, ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਮਹਿੰਗਾਈ ਜੀ, ਦੇਖੋ ਅਸੀਂ ਕੱਲ ਪਰਸੋਂ ਵੀ ਅਜੀਤ ਦੇ ਵਿੱਚ ਜਿਹੜਾ ਡਾਟਾ ਦਿੱਤਾ ਸੀ ਆਟੇ ਦੀ ਕੀਮਤ ਨੂੰ ਲੈ ਕੇ, ਉਹਦੇ ਚ ਜਿਹੜਾ ਪਾਕਿਸਤਾਨ ਦਾ ਲਹਿੰਦਾ ਪੰਜਾਬ ਉੱਥੇ 1600 ਰੁਪਏ ਦੇ 20 ਕਿਲੋ ਆਟਾ ਸੀ, ਬਲੋਚਿਸਤਾਨ ਦੇ ਵਿੱਚ 1900 ਸੀ, ਤੇ ਪੀਓਕੇ ਦੇ ਵਿੱਚ ਜਿਹੜਾ ਗਿਲਗਿਤ ਵਾਲਾ ਇਲਾਕਾ ਤੇ 4200 ਰੁਪਏ ਦਾ 20 ਕਿਲੋ ਆਟਾ ਮਿਲ ਰਿਹਾ। ਮਹਿੰਗਾਈ ਦਾ ਤੁਸੀਂ ਇੱਥੇ ਅੰਦਾਜ਼ਾ ਲਾਓ, ਜਿਹੜਾ ਆਟਾ ਜਿਹੜੀ ਬੁਨਿਆਦੀ ਇੱਕ ਜ਼ਰੂਰਤ ਹੈ ਉਹਦਾ ਇਹ ਰੇਟ ਹੈ ਉੱਥੇ, ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਹੀ ਉਹਨਾਂ ਨੂੰ ਮਹਿੰਗੀਆਂ ਮਿਲਦੀਆਂ ਨੇ। ਉੱਥੇ ਜਿਹੜੀ ਫਿਰ ਦੂਜੀ ਵੱਡੀ ਪ੍ਰੋਬਲਮ ਹੈ ਕਿ ਬਿਜਲੀ ਦੀ, ਉਹਨਾਂ ਨੂੰ ਇਲੈਕਟ੍ਰਿਸਿਟੀ, ਬਹੁਤ ਸਾਰੇ ਇਲਾਕੇ ਹੋਏ ਨੇ ਜਿੱਥੇ ਇਲੈਕਟ੍ਰਿਸਿਟੀ ਪਹੁੰਚੀ ਨਹੀਂ ਹੈ ਉਹਨਾਂ ਦੇ, ਜਿੱਥੇ ਪਹੁੰਚਦੀ ਵੀ ਤੇ ਤਕਰੀਬਨ 1 ਘੰਟਾ ਆ ਗਈ ਤੇ 5 ਘੰਟੇ ਦਾ ਕੱਟ ਹੈ। ਉਹ ਲੋਕਾਂ ਦੀ ਜਿਹੜੀ ਉੱਥੇ ਐਜੂਕੇਸ਼ਨ ਵਾਸਤੇ ਵੀ ਉਹਨਾਂ ਨੂੰ ਬੜੀ, ਬੱਚੇ ਜਿਹੜੇ ਉਹਨਾਂ ਦੇ ਨੇ ਉਹਨਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ ਐਜੂਕੇਸ਼ਨ ਦੇ ਵਾਸਤੇ, ਕੋਈ ਕੋਈ ਪ੍ਰੋਪਰ ਯੂਨੀਵਰਸਿਟੀਆਂ ਨਹੀਂ ਵੱਡੀਆਂ ਉੱਥੇ ਹੈਗੀਆਂ, ਬਹੁਤ ਸਾਰੀਆਂ ਪ੍ਰੋਬਲਮਸ ਦੇ ਚੁੱਕੇ ਰਹੇ ਨੇ। ਮਹਿੰਗਾਈ ਵੀ ਇੱਕ ਉਹਨਾਂ ਦੇ ਵਿੱਚੋਂ ਮੁੱਦਾ ਵਾ, ਪਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਤੋਂ ਸਖਣੇ ਨੇ, ਇਸ ਕਰਕੇ ਉਹ ਵਾਰ ਵਾਰ ਪਾਕਿਸਤਾਨ ਸਰਕਾਰ ਦੇ ਐਂਟੀ ਜਿਹੜਾ ਇਹੋ ਜਿਹੇ ਪ੍ਰਦਰਸ਼ਨ ਕਰਦੇ ਨੇ ਜੀ।
ਤੇ ਇਹ ਗੱਲ ਵੀ ਸਾਹਮਣੇ ਆਈ ਕਿ ਉੱਥੋਂ ਦੇ ਜਿਹੜੇ ਫੌਜ ਲੋਕ ਇਹਨਾਂ ਦੇ ਘਰਾਂ ਨੂੰ ਢਾਉਣ ਲਈ ਆਏ ਸੀ, ਉਸ ਤੋਂ ਬਾਅਦ ਵਿੱਚ ਇਹ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਲੋਕਾਂ ਦੇ ਵੱਲੋਂ, ਅੱਕੇ ਹੋਏ ਲੋਕਾਂ ਨੇ ਫਿਰ ਉੱਥੇ ਮਤਲਬ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਨਾਅਰੇਬਾਜ਼ੀ ਕਰ ਦਿੱਤੀ। ਹਾਂ, ਹੁਣ ਇਕੱਲਾ ਪਾਕਿਸਤਾਨ ਸਰਕਾਰ ਜਿਹੜੀ ਫੌਜ ਆ ਉਹਦੇ ਵਿਰੁੱਧ ਪ੍ਰਦਰਸ਼ਨ ਹੀ ਨਹੀਂ ਕੀਤਾ, ਉਹਨਾਂ ਨੇ ਬਕਾਇਦਾ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਅਸੀਂ ਸਾਡੀ ਜਿਹੜੀ ਇੱਥੋਂ ਦੇ ਫੈਸਲੇ ਨੇ ਕਿ ਅਸੀਂ ਕੀ ਇੱਥੇ ਕਰਨਾ ਜਾਂ ਕਿਸ ਤਰੀਕੇ ਨਾਲ ਇੰਡੀਆ ਦਾ ਪਾਰਟ, ਅਸੀਂ ਇੰਡੀਆ 'ਚ ਸ਼ਾਮਿਲ ਹੋਣਾ ਜਾਂ ਨਹੀਂ ਹੋਣਾ ਜਾਂ ਕਿੰਝ ਕਰਨਾ ਹੈ, ਉਹ ਅਸੀਂ ਫੈਸਲਾ ਲਵਾਂਗੇ, ਜਿਹੜਾ ਉੱਥੋਂ ਦੇ ਗਿਲਗਤ ਦੇ ਲੋਕ ਨੇ ਉਹ ਫੈਸਲਾ ਲੈਣਗੇ। ਪਾਕਿਸਤਾਨ ਸਰਕਾਰ ਨੂੰ ਉਹਨਾਂ ਨੇ ਇਹ ਵੀ ਕਲੀਅਰ ਸਾਫ਼ ਸ਼ਬਦਾਂ 'ਚ ਕਹਿਤਾ ਕਿ ਜੀ ਪਾਕਿਸਤਾਨ ਸਰਕਾਰ ਨੂੰ, ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਨੂੰ ਕੋਈ ਹੱਕ ਨਹੀਂ ਬਣਦਾ ਉਹਨਾਂ 'ਚ ਫੈਸਲਾ ਲਵੇ। ਫੌਜ ਨੂੰ ਉਹਨਾਂ ਨੇ ਇਹ ਪਹਿਲੀ ਵਾਰੀ ਹੋਇਆ ਕਿ ਪਾਕਿਸਤਾਨ ਫੌਜ ਨੂੰ ਉੱਥੋਂ ਨਸਣਾ ਪਿਆ, ਕਿਉਂਕਿ ਇਹਨਾਂ ਨੇ ਜਾਂਦੇ ਜਿਹੜਾ ਬਲਡੋਜ਼ਰ ਵਗੈਰਾ ਲੈ ਕੇ ਗਏ ਸੀ ਤੇ ਜਾਂਦੇ ਉਹਨਾਂ ਦੇ ਘਰ ਬਾਰ ਜੋ ਤੋੜੇ ਨੇ, ਤੋਂ ਪੂਰੇ ਇਲਾਕਾ ਇਕੱਠਾ ਹੋ ਗਿਆ। ਇੱਕ ਪਿੰਡ ਨਹੀਂ ਉੱਥੇ, ਮਤਲਬ ਮਸਲਾ ਹੈ ਕਿ ਪਿੰਡ ਦੇ ਹੀ ਮੇਨ ਜਿਹਦੇ ਤੇ ਕਬਜ਼ਾ ਕਰਨ ਨੂੰ ਗਏ ਸੀ ਪਾਕਿਸਤਾਨੀ ਫੌਜ, ਪਰ ਉੱਥੇ ਪੂਰਾ ਗਿਲਗਿਤ ਦੇ ਲੋਕ ਜਿਹੜੇ ਨੇ ਉੱਥੇ ਇਕੱਠੇ ਹੋ ਚੁੱਕੇ ਨੇ, ਉਹਨਾਂ ਨੇ ਏਕਾ ਕਰਕੇ ਜਿਹੜਾ ਪਾਕਿਸਤਾਨੀ ਫੌਜ ਨੂੰ ਤਾਂ ਖਦੇੜਿਆ ਹੈ। ਜੀ, ਤੇ ਸੁਰਿੰਦਰ ਜੀ, ਇੱਥੇ ਤੁਸੀਂ ਦੱਸਿਆ ਹੈ ਕਿ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ, ਕੋਈ ਪਹਿਲੀ ਵਾਰ ਪ੍ਰਦਰਸ਼ਨ ਨਹੀਂ ਹੋਇਆ, ਪਰ ਪਹਿਲੀ ਵਾਰ ਪ੍ਰਦਰਸ਼ਨ ਜੇਕਰ ਨਹੀਂ ਹੋਇਆ, ਉਹਨਾਂ ਨੇ ਪਹਿਲਾਂ ਵੀ ਕੀਤਾ ਹੈ ਪ੍ਰਦਰਸ਼ਨ, ਤੇ ਇਹਦਾ ਹੱਲ ਕਿਉਂ ਨਹੀਂ ਹੋ ਸਕਿਆ ਅਜੇ ਤੱਕ? ਦਰਅਸਲ ਇਹਦਾ ਹੱਲ ਨਾ, ਕਿਉਂਕਿ ਜਿਹੜੀ ਉਹਨਾਂ ਦੀ ਡਿਮਾਂਡ ਆ ਮੇਨਲੀ, ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਜਿੰਨੇ ਪ੍ਰਦਰਸ਼ਨ ਤੇ ਹੋ ਰਿਹਾ ਪਾਕਿਸਤਾਨ ਸਰਕਾਰ ਦੀ ਦਖਲਅੰਦਾਜ਼ੀ, ਪਹਿਲਾਂ ਜਦੋਂ ਇਹਨੂੰ ਅਲੱਗ ਕੰਟਰੀ ਕੋਸ਼ਿਸ਼ ਕੀਤਾ, ਉਹਦਾ ਪ੍ਰਧਾਨ ਮੰਤਰੀ ਵਗੈਰਾ ਵੱਖਰਾ ਬਣਾਇਆ ਗਿਆ, ਤਾਂ ਉਦੋਂ ਇਹ ਕਿਹਾ ਸੀ ਕਿ ਪਾਕਿਸਤਾਨ ਦੀ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਏਗੀ, ਪਰ ਪਾਕਿਸਤਾਨ ਸਰਕਾਰ ਦੀ ਤੇ ਪਾਕਿਸਤਾਨੀ ਜਿਹੜੀ ਫੌਜ ਆ ਉਹਦੀ ਸਿੱਧੀ ਦਖਲਅੰਦਾਜ਼ੀ ਹੈ, ਤਾਂ ਕਦੀ ਵੀ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਜਿਹੜੀ ਉਹਦੀ ਸਰਕਾਰ ਆ ਉਹਨੂੰ ਵੀ ਆਪਣੇ ਅਧੀਨ ਲੈ ਕੇ ਚੱਲਦੇ ਨੇ, ਤਾਂ ਉਹਨਾਂ ਦੀ ਡਿਮਾਂਡਸ ਉਹ ਬੜੇ ਚਿਰ ਤੋਂ, ਮੈਂ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਕੁਛ ਡਿਮਾਂਡ ਦੀ ਗੱਲ ਕੀਤੀ ਹੈ, ਬਹੁਤ ਸਾਰੀਆਂ ਹੋਰ ਵੀ ਮੰਗਾਂ ਨੇ ਜਿਨ੍ਹਾਂ ਤੋਂ ਵਾਂਝੇ ਨੇ, ਉਹਨਾਂ ਦੇ ਜਿਹੜਾ ਜਿਹੜੀ ਪਾਕਿਸਤਾਨੀ ਫੌਜ ਹੈ ਉਹ ਜਦੋਂ ਮਰਜ਼ੀ ਉਹਨਾਂ ਦੇ ਲੋਕਾਂ ਨੂੰ ਚੁੱਕ ਲੈਂਦੀ ਉੱਥੋਂ ਤੇ ਬਾਅਦ ਵਿੱਚ ਅਗਵਾ ਕੀਤਾ ਦੱਸ ਕੇ, ਜਾਂ ਉਹਨਾਂ ਦੀਆਂ ਲਾਸ਼ਾਂ ਬਾਅਦ ਵਿੱਚ ਮਿਲਦੀਆਂ ਨੇ, ਬਹੁਤ ਸਾਰੇ ਮਸਲੇ ਨੇ ਉਹਨਾਂ ਦੇ, ਪਰ ਉਹਨਾਂ ਦੀ ਲਗਾਤਾਰ ਜਿਹੜੀ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਜਾਰੀ ਨੇ, ਡਿਮਾਂਡ ਅਜੇ ਤੱਕ ਮਤਲਬ ਪਾਕਿਸਤਾਨ ਸਰਕਾਰ ਦੀ ਇਹ ਹੈ ਹੀ ਨਹੀਂ ਕਿ ਉਹਨਾਂ ਦੀਆਂ ਮਸਲੇ ਜਿਹੜੇ ਨੇ ਉਹ ਹੱਲ ਕਰਨੇ ਨੇ, ਇਸ ਕਰਕੇ ਉਹਨਾਂ ਦੇ ਪ੍ਰਦਰਸ਼ਨ ਜਿਹੜੇ ਰੈਗੂਲਰ ਜਾਰੀ ਰਹਿੰਦੇ ਨੇ। ਸੁਰਿੰਦਰ ਜੀ, ਵੀਡੀਓ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਤੇ ਜਿਹਦੇ ਵਿੱਚ ਲੋਕ ਨਾਅਰੇਬਾਜ਼ੀ ਕਰਦੇ ਹੋਏ ਦੇਖੇ ਗਏ ਨੇ, ਫਿਲਹਾਲ ਹੁਣ ਉੱਥੇ ਕੀ ਮਾਹੌਲ ਹੈ? ਅੱਜ ਜਿਹੜਾ ਪ੍ਰਦਰਸ਼ਨ ਹੈਗਾ, ਅੱਜ ਮੈਂ ਕਿਹਾ 14 ਦਿਨ ਦੇ ਵਿੱਚ ਉਹਨਾਂ ਦਾ ਜਾ ਚੁੱਕਿਆ, ਅੱਜ ਵੀ ਕੰਟੀਨਿਊ, ਕਿਉਂਕਿ ਪਾਕਿਸਤਾਨ ਸਰਕਾਰ ਨੇ ਅਜੇ ਤੱਕ ਉਹਨਾਂ ਦੇ ਕੋਈ ਇਹੋ ਜਿਹਾ ਉਹਨਾਂ ਨੂੰ ਭਰੋਸਾ ਨਹੀਂ ਦਿੱਤਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ, ਜਾਂ ਜਿਹੜੇ ਉੱਥੋਂ ਦੇ ਜਿਹੜੇ ਲੋਕਾਂ ਨੂੰ ਆਬਾਦ ਕਰਨ ਦਾ ਸਿਲਸਿਲਾ ਸਟਾਰਟ ਕੀਤਾ ਸੀ, ਜਾਂ ਜਿਹੜੀ ਉਹਨਾਂ ਜ਼ਮੀਨਾਂ ਤੇ ਕਬਜ਼ੇ ਨੇ ਉਹ ਖਤਮ ਕੀਤੇ ਜਾਣਗੇ, ਇਸ ਕਰਕੇ ਜਿਹੜਾ ਪ੍ਰਦਰਸ਼ਨ ਹੈ ਅੱਜ ਵੀ ਕੰਟੀਨਿਊ ਉੱਥੇ ਜਾਰੀ ਹੈਗਾ। ਜੀ, ਜਾਣਕਾਰੀ ਦੇਣ ਲਈ ਧੰਨਵਾਦ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸੁਰਿੰਦਰ ਕੋਸ਼ਲ ਜੀ, ਜਿਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਹੋਰ ਨਵੀਆਂ ਖਬਰਾਂ ਸੰਬੰਧੀ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।